ਮੈਨੂੰ ਯਾਦ ਹੈ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਤਰਜਮਾ ਕਲਾਮ ਸਾਹਿਬ ਦੇਸ਼ ਦੇ ਰਾਸ਼ਟਰਪਤੀ ਸਨ ਉਹਨਾਂ ਕੋਲੋਂ ਅਸੀਂ ਰਿਲੀਜ਼ ਕਰਾਉਣਾ ਸੀ। ਦੁੱਗਲ ਸਾਹਿਬ ਕਰਤਾਰ ਸਿੰਘ ਦੁੱਗਲ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਟਰਾਂਸਲੇਸ਼ਨ ਕੀਤਾ ਸੀ। ਰਾਸ਼ਟਰਪਤੀ ਭਵਨ ਮੈਂ ਵੀ ਗਿਆ ਹੋਇਆ ਸੀ, ਅਸੀਂ ਕੁਝ ਲੋਕ ਸਾਂ, ਅਸੀਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਤਰਜਮਾ ਅੰਗਰੇਜ਼ੀ ਵਾਲਾ ਹੈ ਉਹ ਦਿੱਤਾ, ਇੱਕ ਨੋਟ ਵੀ ਬਣਾ ਕੇ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੰਦੇਸ਼ ਕੀ ਹੈ, ਬਣਤਰ ਕਿੱਦਾਂ। ਔਰ ਤੀਜੇ ਚੌਥੇ ਦਿਨ ਉਹ ਸਮਾਗਮ ਹੋਣਾ ਸੀ, ਅਸੀਂ ਉਸ ਸਮਾਗਮ ਤੋਂ ਪਹਿਲਾਂ ਪਹੁੰਚ ਗਏ ਤਾਂ ਉਹ ਸਾਨੂੰ ਪੁੱਛਦੇ ਨੇ ਇੱਕ ਬਾਤ ਬਤਾਈਏ, ਅਸੀਂ ਕਿਹਾ ਹਾਂਜੀ, ਇਹ ਗੁਰੂ ਗ੍ਰੰਥ ਸਾਹਿਬ ਮੈਂ ਬਾਬਾ ਫਰੀਦ ਕੀ ਬਾਣੀ ਹੈ, ਅਬਦੁਲ ਕਲਾਮ ਸਾਹਿਬ ਕਹਿੰਦੇ ਨੇ, ਅਸੀਂ ਕਿਹਾ ਹਾਂਜੀ ਹਾਂਜੀ ਬਾਬਾ ਫਰੀਦ ਕੀ ਬਾਣੀ ਹੈ, ਉਹ ਵਾਲੇ ਫਰੀਦ ਹੀ ਹੈ ਇਹ, ਉਹ ਜੋ ਪਾਠ ਪੱਤਣ ਵਾਲੇ, ਮੈਂ ਕਿਹਾ ਹਾਂਜੀ ਉਹੀ ਵਾਲੇ ਹੈ, ਆਪ ਵਾਲੇ ਬਾਬਾ ਫਰੀਦ ਹੈ। ਕਹਿੰਦਾ ਉਨਕੀ ਬਾਣੀ ਗੁਰੂ ਗ੍ਰੰਥ ਸਾਹਿਬ ਮੈਂ ਹੈ, ਮੈਂ ਕਿਹਾ ਹਾਂਜੀ ਉਨਕੀ ਬਾਣੀ ਗੁਰੂ ਗ੍ਰੰਥ ਸਾਹਿਬ ਮੈਂ, ਉਹ ਗੁਰੂ ਗ੍ਰੰਥ ਸਾਹਿਬ ਜਿਸਕੋ ਆਪ ਨਮਸਕਾਰ ਕਰਤੇ, ਮੈਂ ਕਿਹਾ ਹਾਂਜੀ ਰੋਜ਼ ਨਮਸਕਾਰ ਕਰਤੇ, ਉਸਮੇ ਬਾਬਾ ਫਰੀਦ ਕੀ ਬਾਣੀ ਹੈ। ਉਹਨੇ ਉਲਾਂਭਾ ਦਿੱਤਾ, ਫਿਰ ਦੁਨੀਆ ਕੋ ਬਤਾਤੇ ਕਿਉਂ ਨਹੀਂ ਤੁਮ ਲੋਕ, ਅਸੀਂ ਕਿਹਾ ਜੀ ਬਤਾਨਾ ਹਮ ਤੋ ਬਤਾਤੇ ਹੈ। ਕਹਿੰਦੇ ਨਹੀਂ ਬਤਾਤੇ, ਮੈਂ ਰਾਸ਼ਟਰਪਤੀ ਹੂੰ, ਮੇਰੇ ਕੋ ਵੀ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਮੈਂ ਬਾਬਾ ਫਰੀਦ ਕੀ ਬਾਣੀ ਹੈ। ਅਤੇ ਮੈਨੂੰ ਲੱਗਿਆ ਇੰਨਾ ਮੁਤਾਸਰ ਕਲਾਮ ਸਾਹਿਬ ਉਸ ਦਿਨ ਸਨ ਕਿ ਇਸਮੇ ਬਾਬਾ ਫਰੀਦ ਕੀ ਬਾਣੀ ਹੈ ਔਰ ਇਹ ਆਪਕਾ ਗ੍ਰੰਥ ਹੈ। ਮੈਂ ਕਿਹਾ ਹਮਾਰਾ ਨਹੀਂ ਹੈ, ਆਪਕਾ ਵੀ ਹੈ, ਕਿਉਂਕਿ ਬਾਬਾ ਫਰੀਦ ਹੈ, ਸਭ ਕਾ ਹੈ ਇਹ। ਤੋ ਮੇਰੀ ਜਿਹੜੀ ਜੋ ਮੈਂ ਕਹਿਣਾ ਚਾਹੁੰਦਾ